ਸਤਿ ਸ਼੍ਰੀ ਅਕਾਲ ਦੋਸਤੋ ਲਗਾਤਾਰ ਕਾਫੀ ਕਾਲਸ ਆਉਂਦੀਆਂ ਨੇ ਜਿਸ ਦੇ ਵਿੱਚ ਐਪਲੀਕੈਂਟਸ ਕਹਿੰਦੇ ਨੇ ਕਿ ਅਸੀਂ ਪਰਮਨੈਂਟ ਰੈਜ਼ੀਡੈਂਸੀ ਕੈਨੇਡਾ ਚ ਲੈਣਾ ਚਾਹੁੰਦੇ ਹਾਂ ਬਟ ਅਨਫੋਰਚੂਨੇਟਲੀ ਕਿਸੇ ਵੀ ਕਾਰਨਾਂ ਕਰਕੇ ਆਈਲੈਟਸ ਦਾ ਸਕੋਰ ਨਾ ਆਉਣਾ ਐਕਸਪੀਰੀਅੰਸ ਘੱਟ ਹੋਣਾ ਜਾਂ ਬਲੱਡ ਰਿਲੇਸ਼ਨਸ ਕੈਨੇਡਾ ਚ ਨਾ ਹੋਣੇ ਜਾਂ ਕੈਨੇਡੀਅਨ ਐਜੂਕੇਸ਼ਨ ਨਾ ਹੋਣੀ ਜਾਂ ਕੈਨੇਡੀਅਨ ਐਕਸਪੀਰੀਅੰਸ ਨਾ ਹੋਣੇ ਅਨੇਕਾਂ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਕਿਸੇ ਦੇ ਪੁਆਇੰਟਸ ਨਾ ਪੂਰੇ ਹੁੰਦੇ ਹੋਣ ਐਕਸਪ੍ਰੈਸ ਐਂਟਰੀ ਦੇ ਵਿੱਚ ਤੇ ਉਹ ਹੋਰ ਰਸਤੇ ਲੱਭਦੇ ਨੇ ਕਿ ਕਿਵੇਂ ਅਸੀਂ ਪਰਮਨੈਂਟ ਰੈਜ਼ੀਡੈਂਸੀ ਕੈਨੇਡਾ ਵਰਗੇ ਮੁਲਕ ਚ ਲੈ ਸਕਦੇ ਹਾਂ। ਅੱਜ ਅਸੀਂ ਜਿਸ ਪ੍ਰੋਗਰਾਮ ਦੀ ਗੱਲ ਕਰਨ ਜਾ ਰਹੇ ਹੈਗੇ ਆ ਉਹ ਹੈਗਾ ਹੈ ਨੋਵਾ ਸਕੋਸ਼ੀਆ ਡਿਮਾਂਡ ਐਕਸਪ੍ਰੈਸ ਐਂਟਰੀ ਸਟ੍ਰੀਮ। ਇਸ ਦੇ ਵਿੱਚ ਦੋ ਤਰ੍ਹਾਂ ਦੀਆਂ ਕੈਟਾਗਰੀਜ਼ ਨੇ, ਕੈਟਾਗਰੀ ਏ, ਕੈਟਾਗਰੀ ਬੀ। ਅਸੀਂ ਜ਼ਿਆਦਾ ਫੋਕਸ ਕੈਟਾਗਰੀ ਬੀ ਚ ਕਰਾਂਗੇ ਪਰ ਕੈਟਾਗਰੀ ਏ ਇੱਕ ਅੱਧੇ ਸੈਕਿੰਡ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ, ਦੈਨ ਵਿਲ ਸਟਾਰਟ ਕੈਟਾਗਰੀ ਬੀ ਜਿਹੜਾ ਮੇਨ ਅੱਜ ਦਾ ਮੁੱਦਾ ਹੋਏਗਾ। ਸੋ ਕੈਟਾਗਰੀ ਏ ਉਹਨਾਂ ਲੋਕਾਂ ਲਈ ਆ ਜਿਹਨਾਂ ਕੋਲੇ ਕੈਨੇਡਾ ਦੇ ਵਿੱਚ ਐਲਐਮ ਆਏ ਹੋਵੇ, ਕਹਿੰਦਾ ਭਾਵ ਕਿ ਤੁਹਾਡੇ ਕੋਲੇ ਜੋਬ ਆਫਰ ਹੋਵੇ ਜਿਹੜੀ ਸਰਕਾਰੀ ਤੌਰ ਦੇ ਉੱਤੇ ਸਟੈਂਪਡ ਹੋਵੇ ਜਿਹਨੂੰ ਅਸੀਂ ਕਹਿੰਦੇ ਕਿ ਈਐਸਡੀਸੀ ਤੋਂ ਅਪਰੂਵਡ ਐਲਐਮਆਈ। ਤਿੰਨ ਕੈਟਾਗਰੀਜ਼ ਵਿੱਚੋਂ ਕਿਸੇ ਵੀ ਇੱਕ ਦੇ ਵਿੱਚ ਐਡਮਿਨਿਸਟ੍ਰੇਟਿਵ ਲੈਵਲ ਦੀ ਤੁਹਾਡੇ ਕੋਲ ਜੋਬ ਆਫਰ ਹੋਵੇ ਜਾਂ ਮੈਨੇਜਰ ਲੈਵਲ ਦੀ ਜਾਂ ਟੈਕਨੀਕਲ ਲੈਵਲ ਦੀ ਜਿਹਨੂੰ ਅਸੀਂ ਦੂਸਰੀ ਭਾਸ਼ਾ ਦੇ ਵਿੱਚ ਨੋਕ ਓ ਏ ਜਾਂ ਬੀ ਕਹਿੰਦੇ ਹੈਗੇ ਆ। ਅਗਰ ਇਹਨਾਂ ਵਿੱਚੋਂ ਦੀ ਕਿਸੇ ਵੀ ਤੁਹਾਡੇ ਕੋਲ ਐਲਐਮਆਈ ਹੈਗੀ ਆ ਤਾਂ ਤੁਸੀਂ ਨੋਵਾ ਸਕੋਸ਼ੀਆ ਦੀ ਐਕਸਪ੍ਰੈਸ ਐਂਟਰੀ ਸਟ੍ਰੀਮ ਜਿਹੜੀ ਹੈ ਪੀਐਨਪੀ ਦਾ ਪ੍ਰੋਗਰਾਮ ਆ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਆ, ਉਸ ਚ ਕੁਆਲੀਫਾਈ ਕਰ ਸਕਦੇ ਹੈਗੇ ਹੋ। ਦੂਸਰਾ ਜਿਹੜਾ ਮੇਨ ਜਿਸ ਨੂੰ ਅੱਜ ਅਸੀਂ ਫੋਕਸ ਕਰਨਾ ਚਾਹ ਰਹੇ ਹਾਂ ਉਹ ਹੈਗੇ ਆ ਕੈਟਾਗਰੀ ਬੀ। ਬੜਾ ਇੰਟਰਸਟਿੰਗ ਪ੍ਰੋਗਰਾਮ ਹੈ, ਕਾਫੀ ਲੋਕ ਇਸ ਚ ਕੁਆਲੀਫਾਈ ਕਰ ਸਕਦੇ ਹੈਗੇ ਆ। ਸੋ ਇਸ ਦੇ ਵਿੱਚ ਜਿੰਨੇ ਵੀ ਆਕੂਪੇਸ਼ਨ ਜਿਹੜੇ ਇਸ ਚ ਕੁਆਲੀਫਾਈ ਕਰਦੇ ਨੇ ਉਹ ਅਸੀਂ ਇਸ ਵਿੰਡੋ ਚ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਫਾਈਨੈਂਸ਼ੀਅਲ ਆਡੀਟਰਸ ਜਾਂ ਅਕਾਊਂਟੈਂਟਸ, ਪ੍ਰੋਫੈਸ਼ਨਲ ਆਕੂਪੇਸ਼ਨ ਐਡਵਰਟਾਈਜ਼ਿੰਗ, ਮਾਰਕੀਟਿੰਗ, ਪਬਲਿਕ ਰਿਲੇਸ਼ਨ ਦੇ ਵਿੱਚ ਨਰਸਿਸ, ਸਿਵਲ ਇੰਜੀਨੀਅਰਸ, ਪੈਰਾਲੀਗਲ, ਸੋਸ਼ਲ ਐਂਡ ਕਮਿਊਨਿਟੀ ਸਰਵਿਸ ਵਰਕਰਸ, ਨਰਸਿਸ ਤੇ ਹੋਰ ਕਾਫੀ ਤਕਰੀਬਨ 11 ਆਕੂਪੇਸ਼ਨਸ ਨੇ ਜਿਹੜੇ ਇਸ ਚ ਕੁਆਲੀਫਾਈ ਕਰਦੇ ਨੇ। ਸੋ ਕਾਫੀ ਅੱਛੀ ਲਿਸਟ ਹੈਗੀ ਆ, ਮੈਜੋਰਿਟੀ ਬੰਦੇ ਜਿਹੜੇ ਪੜ੍ਹੇ ਲਿਖੇ ਨੇ ਜਿਹਨਾਂ ਕੋਲ ਐਕਸਪੀਰੀਅੰਸ ਹੋਵੇ ਉਹ ਇਸ ਪ੍ਰੋਗਰਾਮ ਚ ਕੁਆਲੀਫਾਈ ਕਰ ਸਕਦੇ ਨੇ। ਕਾਫੀਆਂ ਦਾ ਐਕਸਪੀਰੀਅੰਸ, ਕਾਫੀਆਂ ਨੂੰ ਜਦੋਂ ਲੈਟਸ ਕੰਪੇਅਰ ਇਟ ਵਿਦ ਐਕਸਪ੍ਰੈਸ ਐਂਟਰੀ, ਐਕਸਪ੍ਰੈਸ ਐਂਟਰੀ ਚ ਕੀ ਹੁੰਦਾ ਆ ਜਿਵੇਂ ਤੁਸੀਂ 29 ਸਾਲ ਤੋਂ ਉੱਪਰ ਹੋ ਜਾਂਦੇ ਹੋ ਹਰੇਕ ਸਾਲ ਦੇ ਤੁਹਾਡੇ 5 ਨੰਬਰ ਮਾਈਨਸ ਹੋਣਾ ਸ਼ੁਰੂ ਹੋ ਜਾਂਦੇ ਆ। ਇਸ ਪ੍ਰੋਗਰਾਮ ਵਿੱਚ ਤੁਸੀਂ ਦੇਖੋਗੇ ਕਿ ਏਜ ਜਿਹੜੀ ਆ, ਏਜ ਫੈਕਟਰ ਵੀ ਕਾਫੀ ਉੱਪਰ ਚਲੇ ਜਾਂਦਾ ਹੈਗਾ ਐਸ ਕੰਪੇਅਰਟਿਵ ਟੂ ਐਕਸਪ੍ਰੈਸ ਐਂਟਰੀ, ਇਸ ਤੋਂ ਤੁਸੀਂ ਈਜ਼ੀਲੀ ਕੁਆਲੀਫਾਈ ਕਰ ਸਕਦੇ ਹੋ। ਅਸੀਂ ਹਰੇਕ ਜਿਹੜੇ ਸਟੈਪਸ ਨੇ, ਕਿਹੜੇ ਕਿੰਨੇ ਪੁਆਇੰਟਸ ਵਗੈਰਾ ਨੇ, ਉਹਨਾਂ ਨੂੰ ਵੀ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ। ਬਟ ਦੀਜ਼ ਆਰ ਦਾ ਆਕੂਪੇਸ਼ਨ, ਜਿਹੜੇ ਹੋਟੈਸਟ ਆਕੂਪੇਸ਼ਨ ਨੇ ਉਹ ਨਰਸਿਸ। ਇਸ ਪ੍ਰੋਗਰਾਮ ਦੀ ਖਾਸੀਅਤ ਇੱਕ ਹੋਰ ਆ ਕਿ ਲੈਟਸ ਸੇ ਕਿ ਫਾਈਨੈਂਸ਼ੀਅਲ ਆਡੀਟਰਸ, ਅਕਾਊਂਟੈਂਟ, ਨਰਸਿਸ, ਇਹ ਜਿੰਨੀਆਂ ਆਕੂਪੇਸ਼ਨ ਨੇ 11, ਇਹ ਸਾਰੇ 11 ਦਾ ਇਕੱਠਾ ਡਰਾ ਨਹੀਂ ਨਿਕਲਦਾ। ਜਿਸ ਚੀਜ਼ ਦੀ ਲੋੜ ਹੁੰਦੀ ਆ ਉਸ ਚੀਜ਼ ਦਾ ਡਰਾ ਨਿਕਲਦਾ ਹੈ। ਉਦਾਹਰਨ ਦੇ ਤੌਰ ਦੇ ਉੱਤੇ ਕੋਵਿਡ ਦੇ ਆਸ ਪਾਸ ਦਾ ਜਿੰਨਾ ਸਮਾਂ ਆ ਉਸ ਸਮੇਂ ਦੇ ਵਿੱਚ ਜਿੰਨੇ ਡਰਾਸ ਨਿਕਲੇ ਨੇ ਉਹ ਨਰਸਿਸ ਦੇ ਨਿਕਲੇ ਨੇ। ਸੋ ਨਰਸਿਸ ਇੱਕ ਅੱਜ ਦੀ ਡੇਟ ਦੇ ਉੱਤੇ ਕਾਫੀ ਡਿਮਾਂਡ ਦੇ ਵਿੱਚ ਨੇ, ਕਾਫੀ ਜਿਹੜੀ ਉਹਨਾਂ ਦੀ ਰਿਕਰੂਟਮੈਂਟ ਆ ਉਹ ਕਾਫੀ ਜ਼ਿਆਦਾ ਆ। ਸੋ ਦਿਸ ਇਜ਼ ਅ ਗੁੱਡ ਆਕੂਪੇਸ਼ਨ। ਸਿਵਲ ਇੰਜੀਨੀਅਰਸ, ਅਕਾਊਂਟੈਂਟਸ, ਪੂਰੀ ਪੂਰੀ ਲਿਸਟ ਤੁਹਾਡੇ ਸਾਹਮਣੇ ਹੈਗੀ ਹੈ, ਯੂ ਕੈਨ ਗੋ ਥਰੂ ਇਟ। ਸੋ ਦਿਸ ਇਜ਼ ਅ ਰੀਲੀ ਗੁੱਡ ਪ੍ਰੋਗਰਾਮ, ਨੋਵਾ ਸਕੋਸ਼ੀਆ ਦਾ ਪੀਐਨਪੀ ਪ੍ਰੋਗਰਾਮ ਜੋ ਕਿ ਐਕਸਪ੍ਰੈਸ ਐਂਟਰੀ ਦੇ ਅੰਦਰ ਆਉਂਦਾ ਆ। ਇਸ ਵਿੱਚ ਜਿਹੜੀ ਖਾਸ ਗੱਲ ਆ ਉਹ ਹੈਗੀ ਹੈ ਜੀ 67 ਪੁਆਇੰਟਸ ਤੁਹਾਡੇ ਬਣਦੇ ਹੋਣੇ ਚਾਹੀਦੇ ਨੇ। ਅਗਰ 67 ਪੁਆਇੰਟਸ ਤੁਹਾਡੇ ਬਣਦੇ ਨੇ ਤਾਂ ਤੁਸੀਂ ਕੁਆਲੀਫਾਈ ਕਰ ਸਕਦੇ ਹੋ। 67 ਪੁਆਇੰਟਸ ਬਣਾਉਣ ਵਾਸਤੇ ਕਿਹੜੇ ਕਿਹੜੇ ਫੈਕਟਰਸ ਨੇ? ਐਜੂਕੇਸ਼ਨ ਇੱਕ ਫੈਕਟਰ ਆ, ਤੁਹਾਡੀ ਐਲੀਜੀਬਿਲਿਟੀ ਜਿਹੜੀ ਆ ਅੰਗਰੇਜ਼ੀ ਦੀ ਤੇ ਫ੍ਰੈਂਚ ਦੀ। ਸੋ ਮੰਨ ਲਓ ਕਿਸੇ ਬੰਦੇ ਨੇ ਆਈਲੈਟਸ ਵੀ ਦਿੱਤਾ ਤੇ ਕਿਸੇ ਬੰਦੇ ਨੇ ਟੈਫ ਵੀ ਦਿੱਤਾ, ਅਫਕੋਰਸ ਉਹਦਾ ਜਿਹੜਾ ਸਕੋਰ ਆ ਉਹ ਕਾਫੀ ਉੱਪਰ ਚਲੇ ਜਾਏਗਾ। ਸੋ ਇਟਸ ਅ ਗੁੱਡ ਥਿੰਗ ਟੂ ਹੈਵ ਬੋਥ। ਅਗਰ ਆਈਲੈਟਸ ਤੁਹਾਡਾ ਸਕੋਰ ਚੰਗਾ ਆ ਤਾਂ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਆਈਲੈਟਸ ਦੇ ਵਿੱਚ ਜਿਹੜੀ ਮਿਨੀਮਮ ਰਿਕੁਆਇਰਮੈਂਟ ਆ ਇਸ ਪ੍ਰੋਗਰਾਮ ਦੇ ਵਿੱਚ ਉਹ CLB 7 ਆ। ਦੈਟ ਮੀਨਸ ਕਿ 6 ਈਚ ਅਗਰ ਤੁਹਾਡੇ ਹੈਗੇ ਨੇ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਅਗਰ 6 ਈਚ ਤੋਂ ਘੱਟ ਆ ਕਿਸੇ ਵੀ ਇੱਕ ਮੋਡਿਊਲ ਦੇ ਵਿੱਚ ਦੈਨ ਯੂ ਡੋਂਟ ਕੁਆਲੀਫਾਈ ਫਾਰ ਦਿਸ ਪ੍ਰੋਗਰਾਮ। ਵਰਕ ਐਕਸਪੀਰੀਅੰਸ ਦੇ ਜਿਹੜੇ ਪੁਆਇੰਟਸ ਨੇ ਉਹ 15 ਪੁਆਇੰਟਸ ਮੈਕਸੀਮਮ ਪੁਆਇੰਟਸ ਨੇ। ਅੰਗਰੇਜ਼ੀ ਤੇ ਫ੍ਰੈਂਚ ਦਾ ਜਿਹੜਾ ਮੈਕਸੀਮਮ ਪੁਆਇੰਟਸ ਨੇ ਉਹ 28 ਨੇ। ਐਜੂਕੇਸ਼ਨ ਦੇ ਜਿਹੜੇ ਮੈਕਸੀਮਮ ਪੁਆਇੰਟਸ ਨੇ ਉਹ 25 ਨੇ। ਏਜ ਦੇ ਜਿਹੜੇ ਮੈਕਸੀਮਮ ਪੁਆਇੰਟਸ ਨੇ ਉਹ 12 ਨੇ। ਅਗਰ ਤੁਹਾਡੇ ਕੋਲ ਇੰਪਲੋਇਮੈਂਟ ਹੋਵੇ ਨੋਵਾ ਸਕੋਸ਼ੀਆ ਦੀ ਤਾਂ ਤੁਹਾਨੂੰ 10 ਪੁਆਇੰਟ ਐਕਸਟਰਾ ਮਿਲਦੇ ਨੇ ਤੇ ਅਡੈਪਟੇਬਿਲਟੀ ਦਾ 10 ਪੁਆਇੰਟ ਐਕਸਟਰਾ ਮਿਲ ਸਕਦੇ ਨੇ। ਅਡੈਪਟੇਬਿਲਟੀ ਦਾ ਭਾਵ ਕਿ ਤੁਹਾਡਾ ਕੋਈ ਫੈਮਿਲੀ ਮੈਂਬਰ ਕੈਨੇਡਾ ਦੇ ਵਿੱਚ ਆ, ਕੈਨੇਡਾ ਚ ਨਹੀਂ ਸੋਰੀ, ਅਗਰ ਨੋਵਾ ਸਕੋਸ਼ੀਆ ਦਾ ਅਡੈਪਟੇਬਿਲਟੀ ਦੇ ਵਿੱਚ ਅਗਰ ਆਪਾਂ ਨੋਵਾ ਸਕੋਸ਼ੀਆ ਦੀ ਗੱਲ ਕਰ ਰਹੇ ਹਾਂ
ਸੋ ਅਗਰ ਤੁਹਾਡੇ ਕੋਈ ਫੈਮਿਲੀ ਮੈਂਬਰ ਨੋਵਾ ਸਕੋਸ਼ੀਆ ਚ ਰਹਿ ਰਿਹਾ, ਜਦੋਂ ਅਸੀਂ ਫੈਮਿਲੀ ਮੈਂਬਰ ਦੀ ਗੱਲ ਕਰ ਰਹੇ ਹਾਂ ਇਟ ਮੀਨਸ ਬਲੱਡ ਰਿਲੇਸ਼ਨਸ, ਸੋ ਬ੍ਰਦਰ ਸਿਸਟਰ ਕਜ਼ਨਸ ਦੇ ਕੈਨ ਕੁਆਲੀਫਾਈ। ਸੋ ਕੋਈ ਵੀ ਬਲੱਡ ਰਿਲੇਸ਼ਨ ਅਗਰ ਤੁਹਾਡਾ ਨੋਵਾ ਸਕੋਸ਼ੀਆ ਚ ਰਹਿ ਰਿਹਾ ਆ ਉਹਦੇ ਤੁਹਾਨੂੰ 10 ਪੁਆਇੰਟਸ ਐਕਸਟਰਾ ਮਿਲ ਸਕਦੇ ਨੇ। ਅਗਰ ਤੁਹਾਡੇ ਸਪਾਊਸ ਨੇ ਆਪਣੀ ਪੜ੍ਹਾਈ ਨੋਵਾ ਸਕੋਸ਼ੀਆ ਚ ਕੀਤੀ ਹੋਈ ਹੈ ਉਹਦੇ ਐਕਸਟਰਾ ਪੁਆਇੰਟਸ ਮਿਲ ਸਕਦੇ ਨੇ। ਅਗਰ ਤੁਹਾਡੇ ਸਪਾਊਸ ਨੇ ਨੋਵਾ ਸਕੋਸ਼ੀਆ ਚ ਐਕਸਪੀਰੀਅੰਸ ਗੇਨ ਕੀਤਾ ਹੋਇਆ ਉਹਦੇ ਐਕਸਟਰਾ ਪੁਆਇੰਟਸ ਮਿਲ ਸਕਦੇ ਨੇ। ਸੋ ਅਡੈਪਟੇਬਿਲਿਟੀ ਦੇ ਕਾਫੀ ਜ਼ਿਆਦਾ ਪੁਆਇੰਟਸ ਨੇ ਉਹਨਾਂ ਵਿੱਚ ਉਹਦੀ ਜਿਹੜੇ ਵੀ ਤੁਹਾਨੂੰ ਸੂਟੇਬਲ ਨੇ ਮੈਕਸੀਮਮ 10 ਪੁਆਇੰਟ ਮਿਲ ਸਕਦੇ ਨੇ ਅਗਰ ਤੁਹਾਡੇ ਕੋਲ ਉਹ ਫੈਕਟਰਸ ਹੋਣ। ਜਿਵੇਂ ਕਿ ਮੈਂ ਪਹਿਲਾਂ ਕਿਹਾ ਗਿਆ ਹਟਿਆ ਕਿ 67 ਮਿਨੀਮਮ ਸਕੋਰ ਤੁਹਾਨੂੰ ਚਾਹੀਦਾ ਆ ਇਸ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਕਰਨ ਵਾਸਤੇ, ਜੋ ਕਿ ਕਾਫੀ ਈਜ਼ੀ ਆ। ਅਸੀਂ ਇੱਕ ਕੇਸ ਨੂੰ ਡਿਸਕਸ ਵੀ ਕਰਾਂਗੇ ਉਦਾਹਰਨ ਦੇ ਤੌਰ ਦੇ ਉੱਤੇ ਕਿ ਉਹਨਾਂ ਦੇ ਕੀ ਸਕੋਰ ਬਣਦਾ, ਉਹਦੇ ਨਾਲ ਥੋੜਾ ਜਿਹਾ ਆਈਡੀਆ ਮਿਲ ਜਾਏਗਾ। ਸੋ ਲੈਟਸ ਸਪੋਜ਼ ਕਿ ਕਿਸੇ ਨੇ GNM ਨਰਸਿੰਗ ਕੀਤੀ ਆ, ਡਿਪਲੋਮਾ ਇਨ ਨਰਸਿੰਗ ਕੀਤੀ ਆ, ਉਹਨੂੰ ਕੀ ਸਕੋਰ ਮਿਲਦਾ ਆ। ਸੋ ਡਿਪਲੋਮਾ ਇਨ ਨਰਸਿੰਗ ਨੂੰ ਕੈਨੇਡਾ ਦੇ ਵਿੱਚ 2 ਸਾਲ ਦੀ ਐਜੂਕੇਸ਼ਨ ਦੇ ਬਰਾਬਰ ਕਾਊਂਟ ਕੀਤਾ ਜਾਂਦਾ ਆ। ਸੋ ਉਹਨਾਂ ਨੂੰ ਐਜੂਕੇਸ਼ਨ ਲਈ, ਅਗਰ ਕਿਸੇ ਨੇ GNM ਨਰਸਿੰਗ ਕੀਤੀ ਆ ਉਹਨਾਂ ਨੂੰ ਐਜੂਕੇਸ਼ਨ ਲਈ 19 ਪੁਆਇੰਟਸ ਮਿਲਣਗੇ। ਅਗਰ ਉਹਨਾਂ ਦਾ CLB 7 ਭਾਵ ਕਿ 6 ਈਚ ਆਏ ਹੋਏ ਆ ਤੇ ਉਹਨਾਂ ਨੂੰ 4 ਈਚ, 4 ਸਪੀਕਿੰਗ ਵਾਸਤੇ, 4 ਲਿਸਨਿੰਗ ਵਾਸਤੇ, 4 ਰੀਡਿੰਗ ਵਾਸਤੇ ਤੇ 4 ਰਾਈਟਿੰਗ ਵਾਸਤੇ ਪੁਆਇੰਟਸ ਮਿਲਦੇ। ਦੈਟ ਮੀਨਸ 16 ਪੁਆਇੰਟਸ ਤੁਹਾਨੂੰ ਅੰਗਰੇਜ਼ੀ ਦੇ ਮਿਲਦੇ ਹੈਗੇ ਆ। ਅਗਰ ਤੁਹਾਡੇ ਕੋਲ 6 ਸਾਲ ਜਾਂ ਉਸ ਤੋਂ ਵੱਧ ਦਾ ਐਕਸਪੀਰੀਅੰਸ ਆ ਤੇ ਤੁਹਾਨੂੰ 15 ਪੁਆਇੰਟਸ ਉਹਦੇ ਮਿਲਦੇ ਨੇ। ਸੋ ਜਿਵੇਂ ਜਿਵੇਂ ਐਕਸਪੀਰੀਅੰਸ ਆ, ਸੋ ਅਗਰ ਤੁਹਾਡੇ ਕੋਲ ਲੈਸ ਦੈਨ 1 ਈਅਰ ਆਫ ਐਕਸਪੀਰੀਅੰਸ ਹੈ ਯੂ ਡੋਨਟ ਕੁਆਲੀਫਾਈ ਫਾਰ ਦਿਸ ਪ੍ਰੋਗਰਾਮ। ਸੋ ਇਸ ਪ੍ਰੋਗਰਾਮ ਦੇ ਵਿੱਚ ਕੁਆਲੀਫਾਈ ਹੋਣ ਲਈ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਆ। ਸੋ ਇਟ ਸੀਮਸ ਲਾਈਕ ਅ ਗੁੱਡ ਪ੍ਰੋਗਰਾਮ। ਜਿਵੇਂ ਮੈਂ ਏਜ ਦੀ ਪਹਿਲਾਂ ਗੱਲ ਕੀਤੀ ਸੀ, ਇਸ ਦੇ ਵਿੱਚ ਏਜ ਬਹੁਤ ਕਮਾਲ ਦੀ ਆ। ਅਗਰ ਤੁਸੀਂ 18 ਸਾਲ ਤੋਂ ਛੋਟੇ ਹੋ ਤਾਂ ਯੂ ਕੈਂਟ ਅਪਲਾਈ ਅੰਡਰ ਦਿਸ ਪ੍ਰੋਗਰਾਮ। ਅਗਰ ਤੁਸੀਂ 18 ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿੱਚ ਹੋ ਤਾਂ ਤੁਹਾਨੂੰ 12 ਪੁਆਇੰਟਸ ਮਿਲਦੇ ਹੈਗੇ ਆ। ਜਦੋਂ ਤੁਸੀਂ ਇਹਨੂੰ ਐਕਸਪ੍ਰੈਸ ਐਂਟਰੀ ਨਾਲ ਕੰਪੇਅਰ ਕਰਦੇ ਹੋ ਤਾਂ ਜਦੋਂ ਜਿਵੇਂ ਤੁਸੀਂ 29 ਸਾਲ ਤੋਂ ਉੱਪਰ ਹੋ ਜਾਂਦੇ ਹੋ ਹਰੇਕ ਸਾਲ ਦੇ ਤੁਹਾਡੇ 5-5 ਨੰਬਰ ਮਾਈਨਸ ਹੋਣੇ ਸ਼ੁਰੂ ਹੋ ਜਾਂਦੇ ਆ। ਇੱਥੇ 35 ਸਾਲ ਤੋਂ ਬਾਅਦ ਚੋਂ ਹਰੇਕ ਸਾਲ ਦਾ ਤੁਹਾਨੂੰ 1-1 ਪੁਆਇੰਟ ਮਾਈਨਸ ਹੁੰਦਾ ਹੈ। ਕਹਿਣ ਦਾ ਭਾਵ ਕਿ ਜਦ ਤੱਕ ਤੁਸੀਂ 46 ਈਅਰਸ ਦੇ ਹੋ ਜਾਂਦੇ ਹੋ ਤਦ ਤੱਕ ਤੁਹਾਨੂੰ 1 ਪੁਆਇੰਟ ਘੱਟੋ ਘੱਟ ਏਜ ਦਾ ਜ਼ਰੂਰ ਮਿਲੂਗਾ। 46 ਤੋਂ ਉੱਪਰ ਜਦੋਂ ਹੋ ਜਾਂਦੇ ਹੋ ਉਦੋਂ ਤੁਹਾਨੂੰ ਕੋਈ ਵੀ ਏਜ ਦਾ ਪੁਆਇੰਟ ਨਹੀਂ ਮਿਲਦਾ ਹੈਗਾ। ਬਟ ਜਿਹੜੀ ਇੰਟਰਸਟਿੰਗ ਚੀਜ਼ ਆ ਉਹ ਹੈਗੀ ਹੈ ਕਿ 18 ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਤੁਹਾਨੂੰ 12 ਪੁਆਇੰਟਸ ਮਿਲਦੇ ਆ। ਜਿਵੇਂ ਹੀ ਤੁਸੀਂ 36 ਸਾਲ ਦੇ ਹੋ ਜਾਂਦੇ ਹੋ ਤੁਹਾਨੂੰ 11 ਪੁਆਇੰਟ ਮਿਲਦੇ ਹੈਗੇ ਆ। ਸੋ ਇਟ ਸੀਮਸ ਲਾਈਕ ਅ ਵੈਰੀ ਇੰਟਰਸਟਿੰਗ ਪ੍ਰੋਗਰਾਮ। ਇਸ ਦੇ ਵਿੱਚ ਅਗਰ ਤੁਹਾਡੇ ਕਾਲ ਲੰਬਾਈ ਹੋਵੇ ਜਾਂ ਉਹ ਜਿਹੜੇ ਫੈਕਟਰਸ ਨੇ ਉਹ ਤੁਹਾਨੂੰ ਐਕਸਟਰਾ ਪੁਆਇੰਟਸ ਦਿੰਦੇ ਨੇ। ਇਸ ਦੇ ਵਿੱਚ ਕਾਫੀ ਲੋਕ ਐਸੇ ਨੇ ਜਿਹੜੇ ਨਹੀਂ ਕੁਆਲੀਫਾਈ ਕਰ ਸਕਦੇ ਹੈਗੇ, ਜਿਵੇਂ ਕਿ ਕੋਈ ਬੰਦੇ ਨੇ ਅਗਰ ਰਿਫਿਊਜੀ ਕਲੇਮ ਕਦੀ ਲਗਾਇਆ ਹੋਇਆ ਉਹ ਨਹੀਂ ਕੁਆਲੀਫਾਈ ਕਰਦਾ, ਅਗਰ ਕਿਸੇ ਨੇ PNP ਪਹਿਲਾਂ ਲਾਈ ਹੋਈ ਆ ਤੇ ਉਹਨਾਂ ਨੂੰ ਅਪਰੂਵਲ ਆ ਚੁੱਕੀ ਹੋਵੇ ਉਹ ਨਹੀਂ ਕੁਆਲੀਫਾਈ ਕਰਦਾ। ਇਸ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਜਿਹੜਾ ਇੰਪੋਰਟੈਂਟ ਫੈਕਟਰ ਆ, ਉਹ ਹੈਗਾ ਕਿ ਤੁਹਾਡੀ ਫਾਈਨੈਂਸ਼ੀਅਲ ਅਬਿਲਿਟੀ। ਉਹ ਜਿਵੇਂ ਤੁਸੀਂ PNP ਚ ਅਪਲਾਈ ਕਰਦੇ ਹੋ ਉਦੋਂ ਤੁਸੀਂ ਇਹ ਸ਼ੋਅ ਕਰਨਾ ਹੁੰਦਾ ਹੈ ਕਿ ਤੁਸੀਂ ਫਾਈਨੈਂਸ਼ੀਅਲੀ ਕੁਆਲੀਫਾਈ ਕਰਦੇ ਹੋ ਕਿ ਕੈਨੇਡਾ ਚ ਆ ਕੇ ਰਹਿ ਸਕੋ। ਤਾਂ ਅਸੀਂ ਆ ਕੇ ਹੀ ਅਗਰ ਤੁਹਾਨੂੰ 2-3-4-5 ਮਹੀਨੇ ਅਗਰ ਜੋਬ ਨਹੀਂ ਮਿਲਦੀ ਤੁਸੀਂ ਸਰਵਾਈਵ ਕਰ ਸਕੋ, ਉਹ ਫੰਡਸ ਤੁਹਾਨੂੰ ਸ਼ੋਅ ਕਰਨੇ ਪੈਂਦੇ ਹੈਗੇ ਨੇ। ਸੋ ਅਗਰ ਜਿਹੜੇ ਪੁਆਇੰਟਸ ਮੈਂ ਤੁਹਾਨੂੰ ਦੱਸੇ ਨੇ ਅਗਰ ਤੁਸੀਂ ਕੈਲਕੂਲੇਟ ਕਰਕੇ ਦੇਖੋ ਤਾਂ ਈਜ਼ੀਲੀ ਆਈ ਅਸਿਊਮ ਕਿ 67 ਦੇ ਲਾਗੇ ਪਹੁੰਚ ਜਾਂਦੇ ਹੋਣਗੇ। ਸੋ 67 ਪੁਆਇੰਟਸ ਅਗਰ ਤੁਹਾਡੇ ਬਣ ਰਹੇ ਨੇ ਤੇ ਤੁਹਾਡਾ ਕੈਨੇਡਾ ਆਉਣ ਦਾ ਸੁਪਨਾ ਪੂਰਾ ਹੋ ਸਕਦਾ ਆ। ਇਸ ਦੇ ਵਿੱਚ ਜਿਹੜੀ ਪੂਰੀ ਲਿਸਟ ਹੈਗੀ ਆ ਕਿਹੜੇ ਕਿਹੜੇ ਬੰਦੇ ਕੁਆਲੀਫਾਈ ਕਰਦੇ ਹੋ, ਸਾਡੀ IT ਟੀਮ ਇਸ ਵਿੰਡੋ ਦੇ ਵਿੱਚ ਤੁਹਾਡਾ ਸ਼ੇਅਰ ਕਰਨਗੇ। ਸਾਡੀ ਜਿਹੜੀ ਲਾਇਸੈਂਸ ਟੀਮ ਆਫ ਕੰਸਲਟੈਂਟਸ ਆ, ਮੈਂ ਆਪ ਲਾਇਸੈਂਸਡ ਕੰਸਲਟੈਂਟ ਆ, ਹਰੇਕ ਸੈਟਰਡੇ ਨੂੰ ਕੈਨੇਡਾ ਦੇ ਟਾਈਮ ਦੇ ਹਿਸਾਬ ਨਾਲ ਤਕਰੀਬਨ 12 ਕੁ ਵਜੇ ਕੈਨੇਡਾ ਦੇ 12 ਕੁ ਵਜੇ, ਮੇਰਾ ਖਿਆਲ ਇੰਡੀਆ ਦੇ ਸ਼ਾਇਦ 10 ਕੁ ਵਜੇ, ਅਸੀਂ ਲਾਈਵ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਇਹਨਾਂ ਸਾਰਿਆਂ ਦੇ ਉੱਤੇ, ਜ਼ੂਮ ਦੇ ਉੱਤੇ ਅਸੀਂ ਲਾਈਵ ਹੁੰਦੇ ਹੈਗੇ ਹਾਂ ਤੇ ਤੁਹਾਡੇ ਲਾਈਵ ਸਵਾਲ ਲੈਂਦੇ ਹੈਗੇ ਹਾਂ ਤੇ ਉਹਨਾਂ 'ਚ ਜਵਾਬ ਦਿੰਦੇ ਹਾਂ। ਅਗਰ ਤੁਹਾਡੇ ਇਹਨਾਂ ਇਸ ਪ੍ਰੋਗਰਾਮ ਰਿਗਾਰਡਿੰਗ ਜਾਂ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਕੁਐਸਚਨਸ ਨੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੈਗੇ ਹੋ। ਸਾਡੀ ਵੈਬਸਾਈਟ bramptonconsultancy.com ਦੇ ਉੱਤੇ ਤੁਸੀਂ ਆਪਣੀ ਅਪਾਇੰਟਮੈਂਟਸ ਵੀ ਬੁੱਕ ਕਰ ਸਕਦੇ ਹੋ। ਕੰਸਲਟੇਸ਼ਨ ਇਜ਼ ਆਲਵੇਜ਼ ਪੇਡ, $50 ਪੇ ਕਰਕੇ ਤੁਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ, ਕਿਉਂਕਿ ਇਸ ਸਿਸਟਮ ਦੇ ਵਿੱਚ ਅਸੀਂ ਤੁਹਾਡੀ ਮਦਦ ਕਰ ਸਕਦੇ ਹੈਗੇ ਹਾਂ। ਬਿਸਾਈਡ ਦਿਸ, ਅਗਰ ਤੁਸੀਂ ਕੋਈ ਆਪਣੇ ਰੈਜ਼ਮੇ ਸੈਂਡ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਈਮੇਲ ਐਡਰੈਸ ਦੇ ਉੱਤੇ ਸਬਜੈਕਟ ਲਾਈਨ ਦੇ ਵਿੱਚ ਪਲੀਜ਼ ਜ਼ਰੂਰ ਲਿਖਿਓ ਕਿ ਨੋਵਾ ਸਕੋਸ਼ੀਆ ਅਸੈਸਮੈਂਟ,
ਨੋਵਾ ਸਕੋਸ਼ੀਆ ਅਸੈਸਮੈਂਟ ਲਿਖ ਕੇ ਤੁਸੀਂ ਹੇਠ ਲਿਖ ਕੇ ਈਮੇਲ ਐਡਰੈਸ ਦੇ ਵਿੱਚ ਭੇਜ ਸਕਦੇ ਹੋ ਤੇ ਜਿਹੜੀ ਸਾਡੀ ਟੀਮ ਆ ਉਹ ਕੋਸ਼ਿਸ਼ ਕਰੇਗੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਰਿਪਲਾਈ ਕਰੇ। ਸਾਡੇ ਕੋਲ ਕਾਫੀ ਜ਼ਿਆਦਾ ਈਮੇਲਸ ਆਉਂਦੀਆਂ ਨੇ ਜਿਹਦੇ ਕਰਕੇ ਕਾਫੀ ਈਮੇਲਸ ਰਹਿ ਵੀ ਜਾਂਦੀਆਂ ਨੇ, ਬਟ ਅਗਰ ਤੁਸੀਂ ਕੁਆਲੀਫਾਈ ਕਰਦੇ ਹੋਏ ਤਾਂ ਤੁਹਾਨੂੰ ਸਾਡਾ ਰਿਵਰਟ ਜ਼ਰੂਰ ਆਊਗਾ ਵਿਦ ਇਨ 1 ਵੀਕ। ਸਾਡੀ ਵੈਬਸਾਈਟ brampton consultancy.com, ਸਾਡੇ ਆਫਿਸਿਸ ਪੰਜਾਬ ਦੇ ਵਿੱਚ, ਦਿੱਲੀ, ਮਹਾਰਾਸ਼ਟਰ ਤੇ ਇੰਡੀਆ ਦੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਆਫਿਸਿਸ ਨੇ। ਤੁਸੀਂ ਕਿਸੇ ਵੀ ਲੀਗਲ ਐਡਵਾਈਸ ਵਾਸਤੇ ਸਾਡੇ ਨਾਲ ਡਾਇਰੈਕਟਲੀ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਆਫਿਸਿਸ ਦੇ ਥਰੂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬੈਲ ਬਟਨ ਨੂੰ ਜ਼ਰੂਰ ਦੱਬਿਓ, ਸਬਸਕ੍ਰਾਈਬ ਜ਼ਰੂਰ ਕਰਿਓ ਇਸ ਚੈਨਲ ਨੂੰ, ਸੋ ਡੈਟ ਤੁਹਾਨੂੰ ਰੈਗੂਲਰਲੀ ਅਪਡੇਟਸ ਮਿਲਦੀਆਂ ਰਹਿਣ। ਇਸ ਤੋਂ ਅਗਲੀ ਜਿਹੜੀ ਵੀਡੀਓ ਹੈਗੀ ਆ ਨੋਵਾ ਸਕੋਸ਼ੀਆ ਦੇ ਵਿੱਚ ਡਾਕਟਰਸ ਵਾਸਤੇ, ਫਿਜ਼ੀਸ਼ੀਅਨਸ ਵਾਸਤੇ ਇੱਕ ਸਪੈਸ਼ਲ ਪ੍ਰੋਗਰਾਮ ਹੈ, ਸੈਪਰੇਟ ਪ੍ਰੋਗਰਾਮ ਹੈ ਜਿਹੜਾ ਸਿਰਫ ਤੇ ਸਿਰਫ ਫਿਜ਼ੀਸ਼ੀਅਨਸ ਤੇ ਡਾਕਟਰਸ ਨੂੰ ਟਾਰਗੇਟ ਕਰਦਾ ਹੈ। ਉਸ ਪ੍ਰੋਗਰਾਮ ਬਾਰੇ ਵੀ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਨੋਵਾ ਸਕੋਸ਼ੀਆ ਦਾ ਪ੍ਰੋਗਰਾਮ 67 ਪੁਆਇੰਟਸ ਅਗਰ ਤੁਹਾਡੇ ਬਣ ਰਹੇ ਨੇ, ਇਟਸ ਅ ਗੁੱਡ ਪ੍ਰੋਗਰਾਮ ਟੂ ਅਪਲਾਈ, ਸਾਨੂੰ ਕੰਟੈਕਟ ਕਰੋ, ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ।